ਪਟਿਆਲਾ ਦੇ ਵਿੱਚ ਆਏ ਦਿਨ ਸੋਸ਼ਲ ਮੀਡੀਆ ਤੇ ਲੜਾਈ ਝਗੜੇ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ, ਲੇਕਿਨ ਅੱਜ ਜੋ ਤਸਵੀਰਾਂ ਵਾਇਰਲ ਹੋਈਆਂ ਹਨ ਉਹ ਲੋਕਾਂ ਦੀ ਸਿਹਤ ਨੂੰ ਲੈ ਕੇ ਹਨ। ਸੋਸ਼ਲ ਮੀਡੀਆ ਦੇ ਉੱਪਰ ਇੱਕ ਮਥੁਰਾ ਕਲੋਨੀ ਦੀ ਰਹਿਣ ਵਾਲੀ ਮਹਿਲਾ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ ਉਹ ਖੂਬ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ਦੇ ਵਿੱਚ ਉਹ ਮਹਿਲਾ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਦੇ ਦੁੱਧ ਵਿੱਚੋਂ ਪਲਾਸਟਿਕ ਨਿਕਲ ਰਿਹਾ, ਜਿਹੜਾ ਕਿ ਲੋਕਾਂ ਦੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਕੀ ਹੈ ਪੂਰਾ ਮਾਜਰਾ, ਆਓ ਦੇਖਦੇ ਹਾਂ। ਇਹ ਦੁੱਧ ਹੈ ਜੀ, ਡੈਰੀ ਤੋਂ ਦੁੱਧ ਆਉਂਦਾ, ਭੁਪਿੰਦਰਾ ਡੈਰੀ ਤੋਂ ਦੁੱਧ ਆਇਆ ਪਿਆ, ਠੀਕ ਹੈ। ਇਹ ਦੁੱਧ ਫਟ ਗਿਆ, ਔਰ ਇਹਦੇ ਵਿੱਚ ਦੁੱਧ ਦੇ ਵਿੱਚ ਕੀ ਮਿਲਾਇਆ ਹੋਇਆ ਇਹ ਦੇਖੋ ਤੁਸੀਂ, ਇਹਦਾ ਹਾਲ ਦੇਖ ਲਓ ਦੁੱਧ ਦਾ, ਠੀਕ ਹੈ। ਨਹੀਂ ਅਤੇ ਬੰਦਿਆਂ ਦੀ ਸਿਹਤ ਨਾਲ ਖਿਲਵਾੜ, ਠੀਕ ਹੈ। ਅਤੇ ਇਹ ਦੇਖੋ ਤੁਸੀਂ ਦੁੱਧ, ਇਹ ਸਾਰੀ ਪਲਾਸਟਿਕ ਹੈ, ਕੀ ਚੀਜ਼ ਹੈ ਇਹ ਦੇਖੋ ਤੁਸੀਂ। ਚਾਹ ਆ, ਚਾਹ ਬਣਾਈ ਦੁੱਧ ਦੀ, ਚਾਹ ਫਟ ਗਈ ਸਾਰੀ, ਆ ਦੇਖੋ ਚਾਹ ਇਹ ਫਟੀ ਪਈ ਹੈ, ਔਰ ਦੁੱਧ ਫਟ ਗਿਆ ਸਾਰਾ, ਦੁੱਧ ਦੇ ਵਿੱਚ ਹਾਲ ਦੇਖੋ ਤੁਸੀਂ, ਸਾਰੀ ਪਲਾਸਟਿਕ। ਇਹ ਲੈ ਬਿਲਕੁਲ ਪਲਾਸਟਿਕ, ਕੀ ਮਿਲਾਇਆ ਹੋਇਆ ਇਹਦੇ ਵਿੱਚ, ਬਿਲਕੁਲ ਰਬੜ। ਮਿੱਤੂ ਨਹੀਂ ਖਾ ਸਕਿਆ ਇਹ ਪਨੀਰ, ਅਸੀਂ ਦੁੱਧ ਕਿਵੇਂ ਪੀਵਾਂਗੇ। ਹੈਲੋ, ਇਹ ਦੇਖੋ ਤੁਸੀਂ, ਇਹ ਕਿੰਨੀ ਹਾਰਡ ਚੀਜ਼ ਹੈ, ਇਹ ਪਨੀਰ ਹੈ ਜੀ, ਇਹ ਪਨੀਰ ਹੈ, ਇਹਨੂੰ ਤੁਸੀਂ ਪਨੀਰ ਕਹੋਗੇ ਜਾਂ ਦੁੱਧ ਫਟਿਆ ਹੋਇਆ? ਦੁੱਧ ਤਾਂ ਫਟਿਆ ਹੀ ਨਹੀਂ, ਹੈਲੋ, ਦੁੱਧ ਤਾਂ ਫਟਿਆ ਹੀ ਨਹੀਂ, ਦੁੱਧ ਜੇ ਫਟਿਆ ਹੁੰਦਾ ਦੁੱਧ ਪਾਣੀ ਅੱਡ ਹੁੰਦਾ, ਦੁੱਧ ਤਾਂ ਫਟਿਆ ਹੀ ਨਹੀਂ। ਇਹ ਲੋ, ਇਹ ਚੀਜ਼ ਦੇਖੋ ਤੁਸੀਂ ਵਿੱਚ ਕੀ ਹੈ, ਠੀਕ ਹੈ। ਮੇਰਾ ਕੋਈ ਦਿਲ ਨਹੀਂ ਸੀ ਕਰਦਾ, ਠੀਕ ਹੈ, ਮੈਂ ਬਹੁਤ ਦੁਖੀ ਹੋ ਕੇ, ਸਾਡੀ ਸਿਹਤ ਨਾਲ ਖਿਲਵਾੜ ਹੋ ਰਿਹਾ ਇਹ, ਠੀਕ ਹੈ। ਇਹ ਆ ਲੋ, ਇਹਨੂੰ ਕੀ ਕਹੋਗੇ ਤੁਸੀਂ, ਕੀ ਚੀਜ਼ ਦੀ ਮਿਲਾਵਟ ਹੈ ਇਹਦੇ ਵਿੱਚ? ਹਾਂਜੀ ਮੈਮ, ਜਿਹੜਾ ਇਹ ਦੁੱਧ ਵਾਲਾ ਵੀਡੀਓ ਵਾਇਰਲ ਹੋ ਰਿਹਾ ਤੁਹਾਡਾ, ਇਹ ਕੀ ਹੈ, ਕੀ ਸੱਚਾਈ ਹੈ ਇਹਦੀ? ਇਹਦੀ ਸੱਚਾਈ ਇਹ ਹੀ ਹੈ ਜੀ, ਵੀ ਜਦੋਂ ਦਾ ਅਸੀਂ ਦੁੱਧ ਲੈਣ ਲੱਗੇ ਹਾਂ, ਮਤਲਬ ਵੀ ਹਮੇਸ਼ਾ ਅਸੀਂ ਉਬਾਲੀ ਦੇ ਕੇ ਰੱਖਦੇ ਹਾਂ। ਨਹੀਂ, ਤੁਸੀਂ ਕਿਹਨਾਂ ਤੋਂ ਇਹ ਦੁੱਧ ਲੈ ਰਹੇ ਹੋ, ਪਹਿਲਾਂ ਤੁਸੀਂ ਇਹ ਦੱਸੋ ਨਾ। ਇਹ ਮਥੁਰਾ ਕਲੋਨੀ 'ਚ ਜੀ ਭੁਪਿੰਦਰਾ ਡੈਰੀ ਹੈ, ਅਤੇ 6 ਮਹੀਨੇ ਤੋਂ ਅਸੀਂ ਦੁੱਧ ਇਹਨਾਂ ਕੋਲੋਂ ਹੀ ਲੈ ਰਹੇ ਹਾਂ। ਠੀਕ ਹੈ ਜੀ। ਅਤੇ ਕਈ ਵਾਰੀ ਦੁੱਧ ਅੱਗੇ ਵੀ ਫਟਿਆ, ਮਤਲਬ ਅਸੀਂ ਇੰਨਾ ਧਿਆਨ ਨਹੀਂ ਦਿੱਤਾ, ਅਤੇ ਉਸ ਦਿਨ ਤਾਂ ਮੈਂ ਹੈਰਾਨ ਹੀ ਰਹਿ ਗਈ ਦੇਖ ਕੇ, ਜਦੋਂ ਦੁੱਧ ਫਟਿਆ ਮੈਂ ਚਮਚਾ ਵਿੱਚ ਮਾਰਿਆ, ਅਤੇ ਬੱਚੇ ਹੱਸਣ ਲੱਗ ਗਏ ਵੀ ਤੁਸੀਂ ਇਹਦੇ ਵਿੱਚੋਂ ਪਨੀਰ ਕੱਢੋ। ਜਦੋਂ ਚਮਚਾ ਮੈਂ ਵਿੱਚ ਮਾਰਿਆ ਤਾਂ ਉਹ ਤਾਂ ਪਲਾਸਟਿਕ ਦੀਆਂ ਤਾਰਾਂ ਵਾਂਗੂ, ਮਤਲਬ ਵੀ ਉੱਡਣਾ ਹੀ ਸ਼ੁਰੂ ਹੋ ਗਿਆ, ਮਤਲਬ ਮੈਂ ਤਾਂ ਦੇਖ ਕੇ ਇੱਕਦਮ ਚੌਕ ਗਈ ਵੀ ਦੁੱਧ ਦੇ ਵਿੱਚ ਇਹੋ ਜਿਹਾ ਕੀ ਪਾਇਆ ਹੋਇਆ, ਜਿਵੇਂ ਕੋਈ ਜੇਰ ਹੁੰਦੀ ਆ ਮੱਝ ਦੀ, ਮਤਲਬ ਉਹ ਐਵੇਂ ਹੀ ਉੱਡਣਾ ਸ਼ੁਰੂ ਹੋ ਗਿਆ ਪਲਾਸਟਿਕ। ਇਹ ਚੀਜ਼ ਮੈਂ ਦੇਖ ਕੇ ਫਿਰ ਮੈਂ ਡੈਰੀ ਵਾਲੇ ਨੂੰ ਖੁਦ ਬੁਲਾਇਆ, ਸ਼ੇਰੂ ਹੈ ਉਹਦਾ ਨਾਮ, ਮੈਂ ਉਹਨੂੰ ਘਰ ਬੁਲਾਇਆ, ਠੀਕ ਹੈ। ਉਹਨੂੰ ਬੁਲਾ ਕੇ ਮੈਂ ਕਿਹਾ ਵੀ ਇੱਕ ਵਾਰੀ ਤੂੰ ਦੁੱਧ ਨੂੰ ਆ ਕੇ ਦੇਖ, ਮੈਂ ਨਹੀਂ ਚਾਹੁੰਦੀ ਵੀ ਤੇਰੀ ਡੈਰੀ 'ਤੇ ਆ ਕੇ ਮੈਂ ਤੈਨੂੰ ਬਦਨਾਮ ਕਰਾਂ ਜਾਂ 4 ਤੇਰੇ ਕਸਟਮਰ ਖਰਾਬ ਹੋ ਗਏ, ਮੈਂ ਨਹੀਂ ਸੀ ਚਾਹੁੰਦੀ। ਉਹ ਆਇਆ ਘਰੇ ਆ ਕੇ, ਉਹਨੇ ਬੱਚਿਆਂ ਦੀ ਸਹੁੰ ਖਾਧੀ ਹੈ ਕਿ ਮੈਨੂੰ ਆਪਣੇ ਬੱਚਿਆਂ ਦੀ ਸਹੁੰ, ਮੈਂ ਇਹਦੇ 'ਚ ਕੁਛ ਨਹੀਂ ਬਣਾਇਆ ਵੀ ਇਹਦੇ ਵਿੱਚ ਬੋਲਾ ਪਿਆ ਹੋਇਆ। ਮੈਂ ਕਿਹਾ ਜਿਸ ਤਰ੍ਹਾਂ ਬੋਲਾ ਵੀ ਦੇਖਿਆ, ਬੋਲੀ ਵੀ ਦੇਖੀ ਹੈ, ਪਰ ਇਹੋ ਜਿਹਾ ਕੁਛ ਤਾਂ ਪਹਿਲੀ ਵਾਰੀ, ਮਤਲਬ ਮੰਨਿਆ ਨਹੀਂ ਉਹਨੇ ਆਪਣੇ ਬੱਚਿਆਂ ਦੀਆਂ ਸਹੁੰ ਖਾਈ, ਮੈਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ, ਇੱਕ ਮੌਕਾ ਇਹਨੂੰ ਦਿਓ, ਠੀਕ ਹੈ। ਅਤੇ ਫਿਰ ਉਹ ਦੁੱਧ ਮੰਗਣ ਵੀ ਆਇਆ, ਅਸੀਂ ਦੁੱਧ ਨਹੀਂ ਦਿੱਤਾ, ਦੁੱਧ ਅੱਜ ਤੱਕ ਵੀ ਮੇਰੇ ਕੋਲ ਪਿਆ ਫਰਿੱਜ 'ਚ, ਮੈਂ ਰੱਖਿਆ ਹੋਇਆ। ਮਤਲਬ ਉਸ ਤੋਂ ਬਾਅਦ ਫਿਰ 5-7 ਦਿਨਾਂ ਬਾਅਦ 6 ਤਰੀਕ ਦਾ ਹੀ ਵਕਤ ਹੈ, 6 ਤਰੀਕ ਨੂੰ ਅਸੀਂ ਉਹਨੂੰ ਘਰ ਬੁਲਾਇਆ, ਉਹਨੇ ਦੂਜਾ ਦੁੱਧ ਦਿੱਤਾ ਸਾਨੂੰ, ਇਹ ਸੀ ਵੀ ਦੁਬਾਰਾ ਫਿਰ ਸਹੀ ਦੇ। ਇੱਕ ਦਿਨ ਮੈਂ ਦੁੱਧ ਕੱਚਾ ਰੱਖਿਆ, ਉਸ ਤੋਂ ਬਾਅਦ ਪਰਸੋਂ 12 ਤਰੀਕ ਜਦੋਂ ਮੈਂ ਆਵਾਜ਼ ਦਿੱਤੀ, ਪਰਸੋਂ ਵੀ ਉਹੀ ਕੁਛ ਦਿੱਤਾ। ਜਦੋਂ ਮੈਂ ਲਾਭਾ ਦੇਣ ਗਈ ਹਾਂ ਉਸਨੂੰ, ਅਤੇ ਉਹਨੇ ਮੈਨੂੰ ਇੱਕੋ ਹੀ ਗੱਲ ਕਹੀ ਹੈ ਜੀ, ਤੁਸੀਂ ਜਿਹੜਾ ਕੁਛ ਕਰਨਾ ਕਰ ਲਓ, ਜੇ ਟੈਸਟ ਕਰਾਉਣਾ ਟੈਸਟ ਕਰਾ। ਫਿਰ ਮੈਨੂੰ ਗੁੱਸਾ ਆਇਆ, ਮੈਂ ਤਾਂ ਉਹ ਵੀਡੀਓ ਵਾਇਰਲ ਕੀਤੀ ਸਰ। ਇੱਕ ਮੇਰੇ ਨਾਲ ਨਹੀਂ, ਪਤਾ ਨਹੀਂ ਲੱਖਾਂ ਦੁਨੀਆਂ ਨਾਲ ਕਿੰਨੀ ਕੁ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ, ਠੀਕ ਹੈ। ਪਹਿਲਾਂ ਕਦੇ ਕੁਛ ਐਸਾ ਹੈ ਹੀ ਨਹੀਂ ਸੀਗਾ, ਮੈਂ ਕਦੇ ਦੁੱਧ ਵੀ ਇਹੋ ਜਿਹਾ ਨਹੀਂ ਦੇਖਿਆ ਜ਼ਿੰਦਗੀ 'ਚ, ਜਿਹੜਾ ਪਹਿਲੀ ਵਾਰੀ ਮੈਂ ਦੇਖਿਆ। ਅਸੀਂ ਉਹਨਾਂ ਕੋਲ ਗਏ ਸੀ ਜੀ, ਉਹਨਾਂ ਦੇ ਦੱਸਣ ਮੁਤਾਬਕ ਇੱਦਾਂ ਕਿਹਾ ਗਿਆ ਕਿ ਉਹ ਉਹਨਾਂ ਕੋਲ ਜੀ ਪੇਮੈਂਟ ਲੈਣੀ ਸੀ 4 ਮਹੀਨੇ ਦੀ, ਤਾਂ ਉਹ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੇਰੀ ਗੱਲ ਸੁਣੋ ਜੀ, ਮੇਰਾ ਮੁਹੱਲਾ ਬੈਠਾ, ਔਰ ਉਹ ਆਪਣੇ ਬੱਚਿਆਂ ਦੀ ਕਸਮ ਖਾ ਕੇ ਕਹਿ ਦੇਵੇ, ਠੀਕ ਹੈ, ਵੀ ਮੈਂ 1 ਦਿਨ ਵੀ ਉਹਦੇ ਪੈਸੇ, ਉਹਨੇ ਮੈਨੂੰ ਇਹ ਕਿਹਾ ਸੀ ਕਿ ਵੀ 10 ਤਰੀਕ ਤੱਕ ਪੈਸੇ ਮੈਨੂੰ ਦੇ ਦਿਆ ਕਰੋ, 10 ਤਰੀਕ ਨੂੰ ਜਾਂ 11 ਨੂੰ ਪੇਮੈਂਟ ਉਹਦੇ ਤੱਕ ਮੈਂ ਖੁਦ ਆਪ ਦੇ ਕੇ ਆਉਂਦੀ ਹਾਂ, ਕਦੇ ਮੇਰੇ ਬੱਚੇ ਨਹੀਂ ਜਾਂਦੇ ਦੇਣ, ਕਦੇ ਕੋਈ ਨਹੀਂ ਜਾਂਦਾ, ਜਾਂ ਮੇਰਾ ਦੋਸਤ ਆ ਜਿੱਦਣ ਅਸੀਂ ਹੁਣ ਪਿਛਲੀ ਪੇਮੈਂਟ ਕਰਕੇ ਆਏ ਹਾਂ, ਠੀਕ ਹੈ ਨਾ, ਗੂਗਲ ਪੇ ਨਾਲ ਕਰਕੇ ਆਏ ਹਾਂ। ਅੱਛਾ, ਤੁਸੀਂ ਗੂਗਲ ਪੇ ਨਾਲ ਪੇਮੈਂਟ ਕੀਤੀ ਹੈ, ਤਾਂ ਉਹਦਾ ਤਾਂ ਤੁਹਾਡੇ ਕੋਲ ਪ੍ਰੂਫ ਵੀ ਹੈਗਾ ਫਿਰ। ਕੈਸ਼ ਵੀ ਦਿੱਤੇ ਹੋਏ ਨੇ ਉਹਨੂੰ ਦੇ ਕੇ ਆਉਂਦੇ, ਦੇਖੋ ਕੈਸ਼ ਅਸੀਂ ਤਾਂ ਕੋਈ ਉਹਨਾਂ ਕੋਲੋਂ ਰਸੀਦ ਨਹੀਂ ਨਾ ਲੈ ਕੇ ਆਉਂਦੇ ਜਦੋਂ ਵੀ ਦੁੱਧ ਦੇ ਪੇਮੈਂਟ। ਹਾਂਜੀ ਹਾਂਜੀ, ਹੈ ਨਾ, ਇਹ ਤਾਂ ਹੁਣ ਦੇਖੋ ਉਹ ਜਾਂ ਤਾਂ ਉਹ ਬੱਚਿਆਂ ਦੀ ਨੇਮ ਚੱਕ ਸਕਦਾ, ਜਾਂ ਮੈਂ ਗੁਰਦੁਆਰੇ ਚੜ੍ਹ ਕੇ ਮੈਂ ਬੱਚਿਆਂ ਦਾ ਨੇਮ ਚੱਕ ਸਕਦੀ ਹਾਂ ਕਿ ਮੈਂ ਤੈਨੂੰ ਪੈਸੇ ਨਹੀਂ ਦੇ। ਹਾਂ, ਮਾਰਚ ਦੇ ਮਹੀਨੇ ਦੇ ਉਹਦੇ ਪੈਸੇ ਦੇਣੇ ਆ,
ठीक है, हुण उहने 13 तरीक तो दुध बंद करता, ठीक है, उहने खुद मैनू कहा है कि आंटी 2 महीने दे तुसीं पैसे। डंगर जी अपनी कीड़ी डायरी है भुपिंदरा डायरी जिहड़ी एक वीडियो वायरल हो रही जिहदे च कहा जा रहा है कि दुध दे विच प्लास्टिक दा कुछ हैगा, की मामला की है? मेरे उह दुध गर्म कीतियां फटिया होया, कितें उहनां दुध रात दा रख्या, सवेरे ठंडा दुध जिहड़ा उह उबालिया गया, ਜਿਹੜਾ ਠੰਡਾ ਦੁੱਧ ਆਪਾਂ ਜਦੋਂ ਫੜਦਾ ਉਹ ਚੀੜਪਨ ਬਣਨਾ, ਨੈਚੁਰਲੀ ਉਹ ਚੀੜਪਨ ਬਣੇਗਾ ਜੀ, ਉਹਦਾ ਰੇਸਲਾ ਟੈਪ ਬਣੇਗਾ, ਕਿਉਂਕਿ ਜੇ ਉਹ ਕਹਿੰਦੇ ਸਿੰਥੈਟਿਕ ਜਾਂ ਕੋਈ ਮਿਲਾਵਟੀ ਹੈ ਉਹਦੇ ਨਾਲ ਦਾ ਦੁੱਧ ਸਾਰੇ ਘਰਾਂ ਦੇ ਵਿੱਚ ਮਹੱਲੇ ਦੇ ਵਿੱਚ ਗਿਆ ਸੀ ਸਾਡਾ ਉਹਦੇ 'ਚ, ਕਿਉਂਕਿ ਉਹ ਕਿਸੇ ਹੋਰ ਦੀ ਕੋਈ ਕੰਪਲੇਂਟ ਨਹੀਂ ਆਈ ਉਹਦੇ ਨਾਲ ਦੀ। ਠੀਕ ਹੈ, ਹਾਂਜੀ, ਕਿੰਨਾ ਦੁੱਧ ਵੇਚਿਆ ਤੁਸੀਂ ਉਹਦੇ ਨਾਲ ਦਾ? ਉਹਦੇ ਨਾਲ ਦਾ ਹੀ 1.5 ਕੁਇੰਟਲ ਦੁੱਧ ਸਿਰ ਰਾਤ ਨੂੰ ਵੇਚਦੇ ਹਾਂ ਸਾਡੇ ਆ ਮਹੱਲੇ ਦੇ ਵਿੱਚ, ਸਾਰ ਕੋਈ ਲੈ ਕੇ ਜਾਂਦਾ ਜੀ, ਕਿਸੇ ਦਾ ਹੋਰ ਦੇ ਇੱਦਾਂ ਦਾ ਕੋਈ ਕੰਪਲੇਂਟ ਨਹੀਂ ਆਈ। ਕੀ ਕਾਰਨ ਹੈ ਫਿਰ ਉਹਨਾਂ ਨੇ ਇੱਦਾਂ ਵੀਡੀਓ ਇਹਦੀ ਵਾਇਰਲ ਕੀਤੀ? ਮੇਰੇ ਉਹ ਦੁੱਧ ਖਰਾਬ ਹੋਇਆ, ਉਹਨਾਂ ਨੇ ਵੀਡੀਓ ਬਣਾ ਕੇ ਵਾਇਰਲ ਕਰਤੀ, ਉਹੀ ਦੁੱਧ ਜੇ ਆਪਾਂ ਕੱਪੜੇ ਦੇ ਵਿੱਚ ਪਾ ਕੇ ਦੱਬਾਂਗੇ ਉਹਦਾ ਪਨੀਰ ਬਣ ਜਾਏਗਾ। ਅੱਛਾ, ਹਾਂਜੀ, ਤੇ ਤੁਹਾਡਾ ਸੈਂਪਲ ਵੀ ਭਰੇਗੇ? ਹਾਂਜੀ, ਤੁਹਾ ਕੱਲ੍ਹ ਸਾਡੇ ਉਹ ਵੀਡੀਓ ਵਾਇਰਲ ਹੋਣ ਦੇ ਕਾਰਨ ਸਾਡੇ ਇੱਥੇ ਸਰਕਾਰੀ ਟੀਮ ਆਈ ਹੈ, ਫੂਡ ਇੰਸਪੈਕਟਰ ਜੋ ਵੀ ਆਏ ਨੇ, ਕੋਈ ਸੈਂਪਲ ਭਰ ਕੇ ਲੱਗ ਜਾਣ ਸਾਡੇ। ਕਿੰਨੇ ਦਿਨਾਂ ਬਾਅਦ ਸੈਂਪਲ ਭਰੇਗੇ? ਉਹ ਸਾਡਾ ਕੁਦੀ ਮੈਨੂੰ 4-5 ਦਿਨਾਂ ਬਾਅਦ ਸੈਂਪਲ ਲੱਗ ਜਾਣਗੇ। ਮਤਲਬ ਉਸ ਦੁੱਧ ਦਾ ਸੈਂਪਲ ਨਹੀਂ ਨਾ? ਭਾਵੇਂ ਉਹਦਾ ਨਹੀਂ ਹੈਗਾ ਪਰ ਉਹਦੇ ਨਾਲ ਦਾ ਦੁੱਧ ਉਹਨਾਂ ਘਰਾਂ ਦਾ ਹੀ ਆ ਰਿਹਾ ਜੀ ਦੁੱਧ ਸਾਡਾ। ਫਿਰ ਉਹ ਕਿਉਂ ਆਰੋਪ ਲਗਾ ਰਹੇ ਕਿ ਦੁੱਧ ਪਲਾਸਟਿਕ ਵਿੱਚ ਮਿਲਾਵਟ ਆਇਆ ਜੀ? ਉਹਨਾਂ ਦੁੱਧ ਫੜਿਆ ਜੀ, ਹੋਰ ਉਹ ਆਪ ਤਾਂ ਡਾਕਟਰ ਹੈ ਨਹੀਂ ਗੇ, ਜਿਹੜੇ ਫੂਡ ਡਾਕਟਰ ਨੇ ਜਿਹੜਾ ਉਹਨਾਂ ਨੂੰ ਪਤਾ ਵੀ ਇਹਦੇ 'ਚ ਪਲਾਸਟਿਕ ਹੈ, ਉਹ ਤਾਂ ਹੁਣ ਜੋ ਲੈਬੋਰਟਰੀ ਦੇ ਵਿੱਚ ਗਿਆ ਦੁੱਧ ਉਹਨਾਂ ਵੱਲੋਂ ਰਿਪੋਰਟ ਜਾਰੀ ਹੋਏਗੀ ਜੋ ਵੀ ਹੋਏਗੀ। ਮਤਲਬ ਉਹਦੇ ਚੱਲ ਭਰੋਸਾ? ਹਾਂ, ਆਪਾਂ ਨੂੰ ਭਰੋਸਾ ਜੀ, ਉਹਦੇ 'ਚ ਕੋਈ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਗੀ, ਉਹਦੇ ਨਾਲ ਤਾਂ ਉਹਨੂੰ ਉਹੀ ਤਰੀਕ ਦੇ ਵਿੱਚ ਅਸੀਂ ਬਹੁਤ ਸਾਰਾ ਦੁੱਧ ਵੇਚਿਆ ਜੀ। अब उपलब्ध है 1100 प्लस डिजिटल केबल नेटवर्क पर, एन एंड्रॉइड बेस्ड डीटीएच स्मार्ट सेटअप बॉक्स, सभी ओटीटी प्लेटफॉर्म, 24 घंटे लाइव देखे हमारे सोशल मीडिया पेजेस पर।